समय सरकार वालों पोस्ट अफीम ते नशे करने वाले लोगों की एक लिस्ट बना के उन्होंने इन्हों नशे तो इजाद दवाने लई पंजाब दे सारे सरकारी चौंकों नूं मुकम्मल तौर ते बंद करवाया गया ते नाल ही आन जाण वाले लोगों नूं काफी मुश्किल का सामना करना पै रहा सी। हस्पतालां दे विच जीप ते रखण वाली गोली दित्ती जा रही सी जिस नाल पंजाब दे वख-वख नशे करने वाले लोगों नूं नशे तो छुटकारा दवाया जा सके पर उसके उल्टे वख-वख नशे खाण वाले लोग मौजूदा नशे खा रहे सी। नशे नूं छड्ड के लोग जीप ते रखण वाली गोली लगातार खाण लग पे जिस दे नाल उन्हां दी पुराना नशा खाण वाली तलब पूरी होण लग पई ते भदौड़ दे हस्पताल विच पिछले 3 दिनां तों जीप ते रखण वालियां गोलियां खाण वाले लोग परेशान हो गए जिस नूं लै के उन्हां भदौड़ दे 3 कोनी चौंक विच धरना लगा के पंजाब सरकार खिलाफ नारेबाजी कीती है। जीता गल कहिंदे ਕਿਹੜਾ ਪਿੰਡ ਆ ਭਦੌੜ ਜੀ ਅੱਜ ਜਿਹੜਾ ਧਰਨਾ ਲਾਇਆ ਹੈ ਭਦੌੜ 3 ਗੋਲੀ ਤੇ ਇਹ ਗੋਲੀਆਂ ਖਾਤਰ ਲਾਇਆ ਜੀ ਗੋਲੀਆਂ 3 ਦਿਨ ਹੋ ਗਏ ਜਮਾ ਬੰਦ ਕਰਿਆ ਆਪਾਂ ਜੀ ਮਰੀਜ਼ ਤੁਸੀਂ ਦੇਖੀ ਜਾਂਦੇ ਹੋ ਮਰੀਜ਼ ਡਿੱਗੀ ਜਾਂਦੇ ਆ ਗੋਲੀਆਂ ਤੋਂ ਵੀ ਡਿੱਗੀ ਜਾਂਦੇ ਆ ਅਸੀਂ ਇਹ ਮੰਗ ਕਰਦੇ ਹਾਂ ਵੀ ਜਾਂ ਤਾਂ ਪੋਸਟ ਦੇ ਠੇ ਗੋਲੀਆਂ ਇਹਨਾਂ ਸਰਕਾਰ ਨਹੀਂ ਚਲਾਈਆਂ ਇਹ ਸਰਕਾਰ ਨੇ ਗੋਲੀਆਂ ਚਲਾਈਆਂ ਕਾਹਤੋਂ ਆ ਜਦੋਂ ਪੋਸਟ ਖਾਂਦੇ ਬੰਦੇ ਕੰਮ ਵੀ ਕਰਦੇ ਸੀਗੇ ਹੁਣ ਗੋਲੀਆਂ ਤੋਂ ਬਿਨਾਂ ਨਹੀਂ ਕੰਮ ਕਰਦੇ ਗੋਲੀਆਂ ਖਾਂਦੇ ਆ ਤਾਂ ਕੰਮ ਕਰਦੇ ਆ ਇਹ ਗੋਲੀਆਂ ਇਹਨਾਂ ਦਾ ਦਿਨ ਕਰਿਆ ਸੀ ਕੰਮ ਇੱਕੋ ਵੀ ਅਸੀਂ ਦਾਰੂ ਛਡਾਵਾਂਗੇ ਅਸੀਂ ਜਿਹੜਾ ਹੋਰ ਨਸ਼ਾ ਕਰਦੇ ਅਸੀਂ ਉਹ ਛਡਾਵਾਂਗੇ ਪਰ ਉਹ ਨਸ਼ੇ ਤੋਂ ਵਧਾ ਤਾ ਇਹਨਾਂ ਨੇ ਕੰਮ ਇਹ ਵਧਾ ਕੇ ਸਾਨੂੰ ਸਮਾਂ ਸਾਰਿਆਂ ਨੂੰ ਦੁੱਗਣੇ ਖਰਾਬ ਕਰਤਾ ਇਹਦਾ ਇਹ ਬੰਦ ਕਰਤਾ ਇਹ ਪੋਸਟ ਦੇ ਠੇਕੇ ਖੋਲਣ ਸਾਡੀ ਮੰਗ ਹੈ ਇਹ ਤੁਸੀਂ ਕਿੰਨੇ ਟਾਈਮ ਤੋਂ ਗੋਲੀ ਖਾਂਦੇ 3 ਸਾਲ ਹੋ ਗਏ ਹੁਣ ਤੁਹਾਨੂੰ ਦਿੰਦੇ ਨਹੀਂ ਨਾ ਸਾਨੂੰ ਦਿੰਦੇ ਨਹੀਂ ਸਾਡੇ ਸਰੀਰ ਤੁਰਦੇ ਹੀ ਨਹੀਂਗੇ ਜਦੋਂ ਪਹਿਲਾਂ ਲਾਈ ਹੋਣਗੇ ਦਿੱਤੇ ਇਹਦਾ ਨਸ਼ਾ ਇਹਦਾ ਵੱਧਦਾ ਹੈਗਾ ਪਹਿਲਾਂ ਕੀ ਖਾਂਦੇ ਸੀ ਤੁਸੀਂ ਪਹਿਲਾਂ ਦਾਰੂ ਪੀਂਦੇ ਸੀਗੇ ਪੋਸਟ ਖਾਂਦੇ ਸੀ ਡਰਾਈਵਰ ਆ ਮੈਂ ਹੁਣ ਮਿਲਦੀ ਨਹੀਂ ਪੋਸਟ ਨਹੀਂ ਮਿਲਦੀ ਪੋਸਟ ਵੀ ਬੰਦ ਕਰਤਾ ਤੇ ਹੁਣ ਗੋਲੀਆਂ ਵੀ ਬੰਦ ਕਰਤੀਆਂ ਜਾਊ ਬੰਦਾ ਕਿੱਧਰ ਨੂੰ ਇੱਕੇ ਦਾ ਨਸ਼ਾ ਛਡਾਉਣਾ ਇਹਨਾਂ ਨੇ ਹੌਲੀ ਹੌਲੀ ਛਡਾਉਣ ਇੱਕੇ ਦਾ ਕੰਮ ਕਾਹਤੋਂ ਛਡਾਉਂਦੇ ਆ ਬੰਦੇ ਮਾਰਨੇ ਆ ਆਹ ਡਿੱਗੇ ਪਏ ਤੁਸੀਂ ਫੋਟੋ ਦੇਖ ਲਓ ਇਹਨਾਂ ਖਿੱਚ ਕੇ ਸਾਡੀ ਮੰਗ ਹੈ ਜ਼ਿਆਦਾ ਠੇਕੇ ਪੋਸਟ ਵਾਲੇ ਖਿਲਾਉਣ ਨਹੀਂ ਫਿਰ ਇੱਥੇ ਗੋਲੀਆਂ ਚਲਾਉਣਾ ਤਾਂ ਸਿੱਧੀਆਂ ਗੋਲੀਆਂ ਸਾਨੂੰ ਮਿਲਣੀਆਂ ਚਾਹੀਦੀਆਂ ਗੋਰਾ ਸਿੰਘ ਜੀ ਇਹ ਜੀ 2-3 ਦਿਨ ਤੋਂ ਜਿਹੜੀ ਨਸ਼ਾ ਛੱਡਣ ਤੋਂ ਗੋਲੀ ਦਿੰਦੇ ਸੀ ਇਹਨਾਂ ਨੇ ਬੰਦ ਕਰਤੀ ਅੱਜ ਬਿਲਕੁਲ ਹੀ ਬੰਦ ਕਰਤੀ ਜਮੀ ਇਹ ਤਾਂ ਜਿੰਨੇ ਮਰੀਜ਼ ਸੀ ਪਿੰਡਾਂ ਵਾਲੇ ਇਕੱਠੇ ਹੋਏ ਵੇ ਸਾਰਿਆਂ ਨੇ ਆ ਕੇ ਧਰਨਾ ਲਾਤਾ ਹੁਣ ਤੜਕੇ ਦਾ ਧਰਨਾ ਲਾਇਆ ਵਾ ਕਿਸੇ ਨੇ ਬਾਤ ਨਹੀਂ ਪੁੱਛੀ ਕੋਈ ਨਹੀਂ ਇੱਥੇ ਆਇਆ ਇਹਨਾਂ ਕੋਲੇ ਕਿਸੇ ਨੇ ਆ ਕੇ ਕਿਸੇ ਦੀ ਸਾਰ ਨਹੀਂ ਦਿੱਤੀ ਵੀ ਕਿਉਂ ਧਰਨਾ ਲਾਇਆ ਗਾ ਇੰਨੀਆਂ ਇਹਨਾਂ ਦੀਆਂ ਮਾੜੀਆਂ ਸੋਚਾਂ ਜੀ ਇਹ ਉਹਨਾਂ ਟਾਈਮ ਜਾਰੀ ਰਹੂਗਾ ਜਿੰਨਾ ਟਾਈਮ ਇਹਨਾਂ ਨੂੰ ਦਵਾਈ ਨਹੀਂ ਦਿੰਦੇ ਵਿੱਚ 4 ਸਾਲ ਤੋਂ ਖਾਈ ਜਾਂਦੇ ਆ ਵਿੱਚ 3 ਸਾਲ ਤੋਂ ਖਾਈ ਜਾਂਦੇ ਆ ਖਾਈ ਜਾਂਦੇ ਆ ਜੀ ਹੁਣ ਕਹਿੰਦੇ ਆ ਕਹਿੰਦੇ ਸੰਗਰੂਰ ਫੋਨ ਕਰਿਆ ਭਾਜੀ ਸਾਡੀ ਮੰਗ ਆ 20-20 ਦਿੰਦੀ ਆ ਦਿਹਾੜੀ ਵਾਲੇ ਬੰਦੇ ਆ ਸਾਰੇ ਇਹਨਾਂ ਨੂੰ 20-20 ਦਿਨ ਦੀ ਦਵਾਈ ਦਿੱਤੀ ਜਾਵੇ ਆਪਦੇ ਘਰੇ ਜਾਣ ਇਹ ਵਿਚਾਰੇ ਆ ਸਾਰੇ ਦਿਹਾੜੀ ਵਾਲੇ ਬੰਦੇ ਆ ਜਿੰਨੇ ਖੜੇ ਆ 20-20 ਦਿਨ ਦੀ ਦਵਾਈ ਦਿਓ ਇਹਨਾਂ ਨੂੰ ਗੋਲੀ ਦੇ ਕੇ ਕਹਿੰਦੇ ਬਰਨਾਲੇ ਜਾਓ ਹੋਰ 2 ਦਿਨ ਦੀ ਦਵਾਈ ਦੇ ਕਹਿੰਦੇ ਬਰਨਾਲੇ ਜਾਓ ਘੱਟੋ ਘੱਟ ਇਹਨਾਂ ਨੂੰ 20-20 ਦਿਨ ਦੀ ਦਵਾਈ ਦਿਓ ਵਿਚਾਰਿਆਂ ਨੂੰ ਸਾਰੇ ਆ ਦਿਹਾੜੀ ਵਾਲੇ ਬੰਦੇ ਆ ਸਾਨੂੰ ਪਹਿਲਾਂ ਦਵਾਈ ਦੇਈ ਗਈ ਜੀ ਪਹਿਲਾਂ ਤੋਂ ਦਵਾਈ ਹੈ ਜੀ ਹੁਣ ਸਾਡੇ ਇਹਨਾਂ ਨੇ ਪੱਠਾ ਪਾਤਾ ਜੀ ਸਾਡਾ 2-3 ਮਹੀਨਿਆਂ 'ਚ ਜੀ ਇਹਨਾਂ ਨੇ ਅਸੀਂ ਇੱਕ ਵੀ ਦਿਹਾੜੀ ਨਹੀਂ ਲਾ ਕੇ ਦੇਖੀ ਜੀ ਘਰ ਦੇ ਵਿੱਚ ਘਰ ਦੇ ਵਿੱਚ ਪਰਿਵਾਰ ਗਾਲਾਂ ਕੱਢੀ ਜਾਂਦਾ ਜੀ ਘਰੀ ਦੁਆ ਗਾਲਾਂ ਕੱਢੀ ਜਾਂਦੇ ਜੀ ਅੱਗੇ ਦਿਹਾੜੀ ਧੂੜੀ ਲਾ ਆਉਂਦੇ ਸੀਗੇ ਜੀ ਦਿਹਾੜੀ ਲਾ ਕੇ ਚੱਲ ਕੋਈ ਸਾਹਿਬ ਦਾ ਟਾਈਮ ਪਾਸ ਕਰ ਲੈਂਦੇ ਸੀ ਕੋਈ ਬੱਚਿਆਂ ਵਾਸਤੇ ਲੈ ਜਾਂਦੇ ਸੀਗੇ ਜੀ ਹੁਣ ਸਾਰਾ ਪਰਿਵਾਰ ਘਰੇ ਗਾਲਾਂ ਦੇ ਜਾਂਦੇ ਇੱਥੇ ਕਹਿੰਦੇ ਉੱਥੇ ਜਾ ਕੇ ਗੋਲੀ ਦੀ ਖਾਤਰ ਜਾ ਕੇ ਬਹਿ ਜਾਂਦੇ ਹੋ ਤੇ ਸਾਡਾ ਬਹੁਤ ਬੁਰਾ ਹਾਲ ਜਿਹੜੇ ਜਿੰਨੇ ਵੀ ਬੰਦੇ ਮਤਲਬ ਹੈਗੇ ਜੀ ਮਤਲਬ ਨਸ਼ੇ ਛਡਾਊ ਕੇਂਦਰ ਜੀ ਇਹਨਾਂ ਦੀ ਦਵਾਈ 10-15 ਦਿਨ ਦੀ ਦਵਾਈ ਮਿਲਣੀ ਚਾਹੀਦੀ ਹੈ ਜੀ ਤੇ ਆਪਣਾ ਦਿਹਾੜੀ ਗੱਪਾ ਲਾ ਸਕਣ ਆਪਦੇ ਬੱਚੇ ਪਾਲ ਸਕਣ ਤੁਸੀਂ ਕਿੰਨੇ ਟਾਈਮ ਤੋਂ ਖਾਂਦੇ ਹੋ ਸਾਨੂੰ ਜੀ ਮੈਨੂੰ ਹੋ ਗਏ ਜੀ 20 ਸਾਲ ਹੋ ਗਏ ਜੀ ਮੈਨੂੰ ਨਸ਼ਾ ਕਰਦੇ ਮੈਂ ਪੱਠੇ ਤੇ ਕੰਮ ਕਰਦਾ ਸੀਗਾ ਜੀ ਪਹਿਲਾਂ ਕੀ ਨਸ਼ਾ ਕਰਦੇ ਸੀ ਪਹਿਲਾਂ ਜੀ ਅਸੀਂ ਪੁੱਕੀ ਖਾਂਦੇ ਸੀਗੇ ਜੀ ਪੁੱਕੀ ਹੁਣ ਮਿਲਦੀ ਨਹੀਂ ਪੁੱਕੀ ਹੁਣ ਮਿਲ ਨਹੀਂ ਰਹੀ ਜੀ ਗੋਲੀ ਤੇ ਚੱਲ ਹੁਣ ਗੋਲੀ ਤੇ ਚੱਲਦਾ ਜੀ ਪੁੱਕੀ ਮਹਿੰਗੀ ਹੋ ਗਈ ਜੀ ਕਰਕੇ ਕੀ ਦਿਹਾੜੀ ਦਾ ਸਾਡੇ 2500 ਰੁਪਏ ਕੰਮ ਹੀ ਨਹੀਂ ਕਰਦੀ ਹੁਣ ਗੋਲੀ ਸਾਡੀ ਦਿਹਾੜੀ ਹੈ ਜੀ ਕੀ ਕਰਾਂਗੇ ਜਿਹੜਾ ਗੋਲੀ ਖਾਣ ਲੱਗਾ ਪੁੱਕੀ ਨਹੀਂ ਕੰਮ ਕਰਦੀ ਹੁਣ ਸਾਡੀ ਮੰਗ ਬਸ ਆਈ ਵੀ ਸਾਡਾ ਹੀ ਸਾਨੂੰ ਆਹ ਸਾਨੂੰ ਦੇ ਦਵਾਈ ਦੇ ਜਾਣ ਦੀ ਵੀ ਅਸੀਂ ਆਪਦਾ ਬਚੇ ਰਹੀਏ ਜੀ ਅਸਲ ਵਿੱਚ ਤਾਂ ਜੀ ਰਵਾਇਤੀ ਨਸ਼ੇ ਇਹਨਾਂ ਨੇ ਬਾਹਮਣ ਬਾਦੀ ਸੋਚਾਂ ਨਾ ਜਿਹੜੀਆਂ ਤਾਂ ਬੈਠੀਆਂ ਦਿੱਲੀ ਉਹਨਾਂ ਨੇ ਰਵਾਇਤੀ ਨਸ਼ੇ ਪਹਿਲਾਂ ਖਤਮ ਕਰੇ ਭੁੱਕੀ ਫੀਮ ਪੋਸਟ ਉਹ ਫੀਮ ਖਾ ਕੇ ਸਾਡੇ ਬਜ਼ੁਰਗ ਪਹਿਲਾਂ ਹਲ ਨਹੀਂ ਮਾਉਂਦੇ ਸੀ ਬਲਦਾ ਨਾ ਕਿੰਨਾ ਕਿੰਨਾ ਕੰਮ ਕਰਦੇ ਸੀ ਉਹ ਖਤਮ ਕਰੇ ਇਹਨਾਂ ਨੇ ਰਵਾਇਤੀ ਨਸ਼ੇ ਫਿਰ ਮੈਡੀਕਲ ਨਸ਼ੇ ਬਾਜ਼ਾਰਾਂ ਵਿੱਚ ਉਤਾਰੇ ਵੀ ਨੌਜਵਾਨਾਂ ਨੂੰ ਖਤਮ ਕਰਨ ਦੀ ਖਾਤਰ
ਇਹ ਦਿੱਲੀ ਦੀਆਂ ਮਾੜੀਆਂ ਸੋਚਾਂ ਨੇ ਮਤਲਬ ਪੰਜਾਬ 'ਤੇ ਕਾਬੂ ਪਾ ਰਹੇ ਆ। ਮੈਡੀਕਲ ਨਸ਼ੇ ਆ ਜਿਹੜੇ ਇਹਨਾਂ ਨੇ ਤਾਰਤੇ ਅਤੇ ਰਵਾਇਤੀ ਨਸ਼ੇ ਆ ਜਿਹੜੇ ਖਤਮ ਕਰਤੇ।